ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ ਸਾਰੇ ਜਾਣੇ? ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਵੈਲਕਮ ਬੈਕ ਟੂ ਮਾਈ ਚੈਨਲ। ਸੋ ਗਾਈਜ਼, ਜਿਵੇਂ ਕਿ ਤੁਹਾਨੂੰ ਮੇਰੀ ਸ਼ਕਲ ਤੋਂ ਲੱਗ ਰਿਹਾ ਹੋਣਾ ਕਿ ਮੈਂ ਬਹੁਤ ਜ਼ਿਆਦਾ ਉਜੜਿਆ ਹੋਇਆ ਚਮਨ ਬਣੀ ਹੋਈ ਹਾਂ, ਬਿਕੋਜ਼ ਮੈਂ ਸਵੇਰ ਦੀ ਠੀਕ ਨਹੀਂ ਹਾਂ। ਆਈ ਐਮ ਨੋਟ ਵੈਲ। ਮੇਰੀ ਤਬੀਅਤ ਕਾਫੀ ਜ਼ਿਆਦਾ ਖਰਾਬ ਸੀਗੀ ਸਵੇਰ ਦੀ, ਮੈਨੂੰ ਬੈੱਡ ਤੋਂ ਉੱਠਣ ਦੀ ਹਿੰਮਤ ਨਹੀਂ ਹੋ ਰਹੀ ਸੀਗੀ। ਹੁਣ ਸ਼ਾਮ ਦੇ 6 ਵੱਜਣ ਵਾਲੇ ਆ ਅਤੇ ਹੁਣ ਮੈਂ ਥੋੜ੍ਹਾ ਬਹੁਤ ਰੈਡੀ ਹੋ ਕੇ ਬਾਹਰ ਨਿਕਲੀ ਹਾਂ। ਜਿਵੇਂ ਕਿ ਤੁਹਾਨੂੰ ਥੰਬਨੇਲ ਔਰ ਟਾਈਟਲ ਤੋਂ ਪਤਾ ਲੱਗ ਹੀ ਗਿਆ ਹੋਣਾ ਹੈ, ਇਸ ਵੀਡੀਓ 'ਚ ਆਪਾਂ ਸਰਪ੍ਰਾਈਜ਼ ਦੇਣਾ ਆ ਰਾਜਦੀਪ ਨੂੰ। ਬੇਸਿਕਲੀ ਅਸੀਂ ਇੱਕ ਆਪਾਂ ਕੌਣ ਆਪਾਂ ਮੈਂ ਅਤੇ ਦਿਲਸ਼ੀਨ ਜਾ ਰਹੇ ਹਾਂ ਜਲੰਧਰ। ਦਿਲਸ਼ੀਨ ਫੋਰ ਦਾ ਵੈਰੀ ਫਸਟ ਟਾਈਮ ਜਾਊਗੀ ਉਹਦੇ ਘਰ, ਸੋ ਵੀ ਆਰ ਐਕਸਾਈਟਡ। ਹਾਲੇ ਮੈਂ ਉਹਨੂੰ ਪਿੱਕ ਨਹੀਂ ਕੀਤਾ ਆ, ਉਹ ਮੈਨੂੰ ਰਸਤੇ 'ਚ ਮਿਲੂਗੀ। ਮੈਂ ਘਰੋਂ ਨਿਕਲ ਚੁੱਕੀ ਹਾਂ, ਉਹ ਆ ਰਹੀ ਆ, ਅਤੇ ਮੈਂ ਸੋਚਿਆ ਕਿ ਵਲੋਗ ਦੀ ਸਟਾਰਟਿੰਗ ਕਰਦਾ ਪਹਿਲਾਂ। ਗਾਈਜ਼, ਮੈਂ ਜਲੰਧਰ ਬਹੁਤ ਟਾਈਮ ਬਾਅਦ ਜਾ ਰਹੀ ਹਾਂ। ਮੈਂ ਲਾਸਟ ਈਅਰ ਨਵੰਬਰ ਦੀ ਸਟਾਰਟਿੰਗ 'ਚ ਗਈ ਸੀ ਲਾਸਟ ਟਾਈਮ ਜਲੰਧਰ, ਐਂਡ ਹੁਣ ਕੀ ਚੱਲ ਰਿਹਾ, ਜੁਲਾਈ ਜੁਲਾਈ ਐਂਡ ਖਤਮ, ਅਗਸਤ ਆ ਗਿਆ। ਸੋ ਇਟ ਮੀਨ 1 ਈਅਰ ਹਾਲੇ ਹੋਇਆ ਨਹੀਂ ਹੈ, ਮਤਲਬ 8-9 ਮਹੀਨੇ ਹੋ ਗਏ ਆ। ਅਤੇ ਯਾ, ਮੈਂ ਬਹੁਤ ਟਾਈਮ ਬਾਅਦ ਜਾ ਰਹੀ ਹਾਂ ਰਾਜਦੀਪ ਦੇ ਘਰ, ਐਂਡ ਇਸ ਵਾਰੀ ਆਪਾਂ ਉਹਨੂੰ ਦੱਸਣਾ ਨਹੀਂ ਆ, ਬਿਨਾਂ ਦੱਸੇ ਜਾ ਰਹੇ ਹਾਂ। ਵੈਸੇ ਸਾਡਾ ਪਲਾਨ ਤਾਂ 1 ਮੰਥ ਤੋਂ ਬਣ ਰਿਹਾ ਸੀਗਾ, ਬਟ ਕੁਛ ਨਾ ਕੁਛ ਹੋਈ ਜਾ ਰਿਹਾ ਸੀਗਾ। ਇੱਕ ਮਹੀਨੇ ਪਹਿਲਾਂ ਹੀ, ਮਤਲਬ ਜੁਲਾਈ ਦੀ ਸਟਾਰਟਿੰਗ 'ਚ ਹੀ ਬਣਨ ਲੱਗ ਗਿਆ ਸੀਗਾ, ਬਟ ਕੁਛ ਨਾ ਕੁਛ ਹੋਈ ਜਾ ਰਿਹਾ ਸੀਗਾ। ਕਦੀ ਮੈਨੂੰ ਦਿੱਲੀ ਜਾਣਾ ਪੈ ਗਿਆ, ਕਦੀ ਦਿਲਸ਼ੀਨ ਬਿਜ਼ੀ ਸੀਗੀ, ਕਦੀ ਰਾਜਦੀਪ ਨੂੰ ਕਿਤੇ ਜਾਣਾ ਪੈ ਗਿਆ, ਇਸ ਕਰਕੇ ਸਾਡਾ ਪਲਾਨ ਡਿਲੇ ਹੋ ਰਿਹਾ ਸੀਗਾ। ਲੇਕਿਨ ਹੁਣ ਤੈਨੂੰ ਫ੍ਰੀ ਹਾਂ, ਆਪਾਂ ਨੂੰ ਪਤਾ ਆ ਕਿ ਰਾਜਦੀਪ ਵੀ ਘਰ ਹੀ ਆ, ਫ੍ਰੀ ਆ, ਉਹਦਾ ਕੁਛ ਪਲਾਨ ਨਹੀਂ ਹੈ। ਸੋ ਦਿਲਸ਼ੀਨ ਵੀ ਫ੍ਰੀ ਸੀ, ਮੈਂ ਵੀ ਫ੍ਰੀ ਸੀ, ਅਤੇ ਮੈਂ ਕਿਹਾ ਚਲੋ ਚੱਲਦੇ ਹਾਂ। ਲੇਕਿਨ ਐਟ ਏ ਟਾਈਮ 'ਤੇ ਮੈਨੂੰ ਇੱਦਾਂ ਲੱਗ ਰਿਹਾ ਸੀਗਾ ਪਲਾਨ ਕੈਂਸਲ ਕਰਨਾ ਪੈਣਾ, ਬਿਕੋਜ਼ ਮੇਰੀ ਤਬੀਅਤ ਹੋ ਗਈ ਸੀ ਕਾਫੀ ਜ਼ਿਆਦਾ ਖਰਾਬ। ਮੇਰੇ ਅੰਦਰ ਤਾਂ ਹਿੰਮਤ ਹੀ ਨਹੀਂ ਸੀ, ਆਪਾਂ 2-3 ਵਜੇ ਨਿਕਲਣਾ ਸੀਗਾ, ਲੇਕਿਨ ਫਿਰ ਵੀ ਸਾਨੂੰ 6 ਵੱਜ ਕੇ, 3 ਵਜੇ ਤੱਕ ਤਾਂ ਮੈਂ ਬੈੱਡ ਤੋਂ ਇੱਦਾਂ ਚੱਕਰ ਖਾਂਦੀ ਫਿਰ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਮੈਨੂੰ ਹੋ ਕੀ ਰਿਹਾ ਹੈ, ਮੇਰੀ ਬੋਡੀ ਪੂਰੀ ਟੁੱਟ ਰਹੀ ਸੀਗੀ, ਮੈਨੂੰ ਵੋਮਿਟਿੰਗ, ਪਤਾ ਨਹੀਂ ਕੀ ਹੋ ਰਿਹਾ ਸੀਗਾ। ਬਟ ਹੁਣ ਮੈਂ ਥੋੜ੍ਹਾ ਜਿਹਾ ਬੈਟਰ ਫੀਲ ਕਰ ਰਹੀ ਹਾਂ। ਮੈਂ ਉੱਠੀ ਬੈੱਡ ਤੋਂ, ਥੋੜ੍ਹਾ ਇੱਧਰ ਉੱਧਰ ਹਿੱਲੀ, ਮੈਂ ਕਿਹਾ ਇੱਦਾਂ ਬੈਠੇ ਬੈਠੇ ਤਾਂ ਮੈਂ ਹੋਰ ਬਿਮਾਰ ਹੋ ਜਾਊਂਗੀ, ਤਾਂ ਫਿਰ ਹੁਣ ਮੈਨੂੰ ਬਾਹਰ ਆ ਕੇ ਥੋੜ੍ਹਾ ਜਿਹਾ ਬੈਟਰ ਫੀਲ ਹੋਣ ਲੱਗ ਗਿਆ। ਮੈਨੂੰ ਲੱਗਦਾ ਜਦੋਂ ਤੁਹਾਨੂੰ ਥੋੜ੍ਹਾ ਬਹੁਤ ਇੱਦਾਂ ਲੱਗੇ ਤਾਂ ਤੁਹਾਨੂੰ ਉੱਠ ਕੇ ਕੁਛ ਕਰਨ ਲੱਗ ਪੈਣਾ ਚਾਹੀਦਾ, ਤਾਂ ਕਿ ਤੁਹਾਡਾ ਮਾਇੰਡ ਡਾਇਵਰਟ ਹੋ ਜਾਏ ਅਤੇ ਤੁਹਾਨੂੰ ਇੰਨਾ ਫੀਲ ਨਾ ਹੋਵੇ। ਜਿੰਨਾ ਆਪਾਂ ਬੈੱਡ 'ਤੇ ਬੈਠੇ ਰਹਾਂਗੇ ਉਨਾ ਹੀ ਸਾਨੂੰ ਫੀਲ ਹੋਊਗਾ ਕਿ ਸਾਨੂੰ ਕੀ ਹੋ ਗਿਆ, ਸਾਨੂੰ ਕੀ ਹੋ ਗਿਆ। ਮੈਂ ਜਦੋਂ ਤੱਕ ਬੈਠੀ ਸੀ ਮੈਨੂੰ ਐਂ ਲੱਗੀ ਜਾ ਰਿਹਾ ਸੀਗਾ ਕਿ ਮੈਨੂੰ ਕੀ ਹੋ ਗਿਆ, ਮੈਂ ਕੀ ਖਾ ਲਿਆ, ਮੈਨੂੰ ਕੀ ਹੋ ਗਿਆ। ਮੰਮੀ ਕਹਿੰਦੀ ਤੂੰ ਕੁਛ ਖਾ ਕੇ ਆਈ ਹੋਣੀ ਬਾਹਰੋਂ, ਲੇਕਿਨ ਮੈਂ ਇੰਨਾ ਕੁਛ ਜ਼ਿਆਦਾ ਖਾ ਨਹੀਂ ਰਹੀ ਬਾਹਰੋਂ, ਬਟ ਫਿਰ ਵੀ ਥੋੜ੍ਹਾ ਬਹੁਤ ਖਾਧਾ ਸੀਗਾ, ਸ਼ਾਇਦ ਉਸ ਕਰਕੇ ਹੋ ਗਿਆ ਆ। ਬਟ ਇਟਸ ਓਕੇ, ਕੋਈ ਨਹੀਂ, ਹੁਣ ਮੈਂ ਠੀਕ ਹੋ ਜਾਂ। ਮੇਰਾ ਗਲਾ ਵੀ ਬਹੁਤ ਜ਼ਿਆਦਾ ਦੁੱਖ ਰਿਹਾ ਆ, ਅਤੇ ਹੁਣ ਆਪਾਂ ਨਿਕਲ ਰਹੇ ਹਾਂ 6 ਵਜੇ, 2 ਘੰਟੇ ਲੱਗਣੇ ਆ ਇੱਥੋਂ ਆਪਾਂ ਨੂੰ ਪਹੁੰਚਣਾ ਆਪਾਂ ਜਲੰਧਰ, ਅਤੇ ਦਿੰਦੇ ਹਾਂ ਰਾਜਦੀਪ ਨੂੰ ਸਰਪ੍ਰਾਈਜ਼, ਦੇਖਦੇ ਉਹਦੇ ਰਿਐਕਸ਼ਨ ਕੀ ਹੁੰਦੇ ਆ। ਲੈਟਸ ਸੀ ਕੀ ਕਰ ਰਹੀ ਹੋਊਗੀ, ਉਹ ਘਰ ਬੈਠੀ ਪੁੱਛ ਰਹੀ ਸੀ, ਅੱਜ ਮੈਸੇਜ ਆਇਆ ਸੀ ਉਹਦਾ, ਅੱਜ ਹੀ ਆਇਆ ਸੀਗਾ ਕਿਉਂਕਿ ਉਹ ਕੱਲ੍ਹ ਹੀ ਰਾਤ ਨੂੰ ਫ੍ਰੀ ਹੋਈ, ਆਈ ਗੈਸ ਕਿਤੇ ਗਈ ਹੋਈ ਸੀ, ਅਤੇ ਅੱਜ ਮੈਸੇਜ ਕਰ ਰਹੀ ਸੀ, ਕਹਿੰਦੀ ਕਦੋਂ ਆ ਰਹੇ ਹੋ, ਫਿਰ ਕਦੋਂ ਆ ਰਹੇ ਹੋ। ਮੈਂ ਕਿਹਾ ਹਲੇ ਤਾਂ ਪਤਾ ਨਹੀਂ ਯਾਰ, ਹੁਣ ਮੈਂ ਉਹਨੂੰ ਐਂ ਕਹਿ ਦੇਣਾ ਆ ਵੀ ਮੇਰੀ ਤਾਂ ਤਬੀਅਤ ਠੀਕ ਨਹੀਂ ਆ, ਹਲੇ ਪਤਾ ਨਹੀਂ, ਲੈਟਸ ਸੀ, ਲੇਕਿਨ ਆਪਾਂ ਚੱਲੇ ਹਾਂ ਉਹਨੂੰ ਤਪਾ ਕਰਨ, ਅਤੇ ਲੈਟਸ ਗੋ, ਹੁਣ ਆਪਾਂ ਚੱਲਦੇ ਹਾਂ। ਦਿਲਸ਼ੀਨ ਮੈਡਮ ਪਹੁੰਚ ਰਹੀ ਹੋਊਗੀ, ਪਰ ਉਹ ਹਮੇਸ਼ਾ ਲੇਟ ਹੀ ਹੁੰਦੀ ਹੈ। ਬਸ ਹੁਣ ਮੈਨੂੰ ਕੁਛ ਨਾ ਹੋਵੇ ਰੱਬਾ, ਪਲੀਜ਼ ਮੈਂ ਠੀਕ ਹੀ ਰਹਾਂ, ਕਿਉਂਕਿ ਮੈਂ ਡਰਾਈਵ ਕਰਨੀ ਆ ਅਤੇ ਮੈਨੂੰ ਬਿਮਾਰ ਹੋਣਾ ਯਾਰ, ਮੈਨੂੰ ਇੱਦਾਂ ਹੁੰਦਾ ਯਾਰ ਬਿਮਾਰ ਨਾ ਕਰੋ, ਬਸ ਕਿਸੇ ਨੂੰ ਵੀ ਬਿਮਾਰ ਨਾ ਕਰੋ। ਬਿਮਾਰ ਵਾਲੀ ਫੀਲਿੰਗ ਬੜੀ ਗੰਦੀ ਫੀਲਿੰਗ ਹੈ, ਬੜੀ ਗੰਦੀ। ਨਿਆਣੇ ਹੁੰਦੇ ਸੀ ਜਦੋਂ ਉਦੋਂ ਸਕੂਲ ਨਾ ਜਾਂਦੇ ਬਹਾਨੇ, ਟਿਊਸ਼ਨ ਨਾ ਜਾਂਦੇ ਬਹਾਨੇ, ਇੰਨੇ ਬਹਾਨੇ ਲਾਉਂਦੇ ਹੁੰਦੇ ਸੀਗੇ, ਢਿੱਡ ਦੁੱਖ ਰਿਹਾ, ਇਹ ਦੁੱਖ ਰਿਹਾ, ਉਹ ਦੁੱਖ ਰਿਹਾ, ਸਿਰ ਦੁੱਖ ਰਿਹਾ, ਜਦੋਂ ਪਤਾ ਵੀ ਨਹੀਂ ਹੁੰਦਾ ਸੀ ਅਤੇ ਸਿਰ ਦੁੱਖਣਾ ਹੁੰਦਾ ਕੀ ਹੈ, ਅਤੇ ਉਦੋਂ ਸਿਰ ਦੁੱਖਦਾ ਹੁੰਦਾ ਸੀਗਾ। ਹੁਣ ਚਾਹੁੰਦੀ ਨਹੀਂ ਆ ਕਿ ਸਿਰ ਦੁਖੇ, ਪਰ ਸਿਰ ਦੁੱਖਦਾ ਹੀ ਰਹਿੰਦਾ, ਬਟ ਹਾਲੇ ਨਹੀਂ ਦੁੱਖ ਰਿਹਾ ਤਾਂ ਯਾਦ ਨਾ ਕਰੋ ਸਿਰ ਦਰਦ ਨੂੰ। ਗਾਈਸ, ਦਿਲਸ਼ੀਨ ਮਹਾਰਾਣੀ ਜੀ ਆ ਗਈ ਹੈ ਅੱਜ ਦਾ ਟਾਈਮ ਤੇ। ਹਾਂ, ਅੱਜ ਇਹ ਵਿਚਾਰੀ ਟਾਈਮ ਤੇ ਆਈ ਹੈ, ਕਿਉਂਕਿ ਇਹਨਾਂ ਨੇ ਮੇਰੇ ਨਾਲ ਕਲੋਲ ਕੀਤੀ, ਅੱਜ ਇਹ ਲੇਟ ਹੋਏ ਨੇ। ਹਾਂ, ਅੱਜ ਮੈਂ 5 ਲੇਟ, ਵੈਸੇ ਬੇਸਿਕਲੀ ਦੇਖਿਆ ਜਾਏ ਤਾਂ ਮੈਂ ਲੇਟ ਨਹੀਂ ਸੀ, ਮੈਂ ਘਰੋਂ ਨਿਕਲ ਕੇ ਇਹਨੂੰ ਕਾਲ ਕੀਤੀ, ਮੈਂ ਕਿਹਾ ਮੈਂ ਕਿੱਥੇ ਆ ਤੂੰ, ਕਹਿੰਦੀ ਮੈਂ ਬਸ 15 ਮਿੰਟ ਲੱਗਣਗੇ, ਮੈਂ ਕਿਹਾ ਅੱਛਾ, ਮੈਂ ਰੁਕ ਗਈ, ਮੈਂ ਰੁਕ ਕੇ ਵਲੌਗ ਵਲੂਗ ਬਣਾਉਣ ਲੱਗ ਗਈ ਆਪਣਾ, ਅਤੇ ਇਸ ਕਰਕੇ ਮੈਂ 5 ਲੇਟ ਹੋ ਗਈ, ਤਾਂ ਇਹ 5 ਪਹਿਲਾਂ ਪਹੁੰਚ ਗਈ, ਅਤੇ ਕਹਿੰਦੀ ਮੇਰੇ ਨਾਲ ਕਲੋਲ ਹੋ ਗਈ। ਯਾਰ ਕਿੱਦਾਂ ਦੇ ਲੋਕ ਨੇ ਦੁਨੀਆ ਦੇ, ਵੀ ਮਤਲਬ ਇੰਨਾ ਵੇਟ ਕਰਾਉਂਦੇ ਆ, ਔਰ ਜੇ 5 ਮੈਨੂੰ ਜਿਸ ਤਰ੍ਹਾਂ ਫੋਨ ਕਰ ਰਹੇ ਸੀ ਨਾ, ਮੈਨੂੰ ਤਾਂ ਲੱਗਿਆ ਮੈਂ ਕਾਲਾ ਫਿਰ ਤੋਂ ਖਾਊਂਗੀ, ਜਦੋਂ ਪਹੁੰਚ ਗਈ ਉਦੋਂ ਕਹਿੰਦੇ ਪਹੁੰਚ ਗਈ, ਅੱਜ ਸ਼ੀਨ ਬਚ ਗਈ। ਅਗਰ ਅੱਜ ਸ਼ੀਨ ਲੇਟ ਆਉਂਦੀ ਤਾਂ ਮੈਂ ਸੱਚੀ ਦਾ ਸਿਰ ਪਾੜ ਦੇਣਾ ਸੀ, ਕਿਉਂਕਿ ਅੱਗੇ ਮੈਂ ਬਿਮਾਰ ਬਿਮਾਰ ਆ ਰਹੀ ਹਾਂ, ਤੈਨੂੰ ਕਦਰ ਨਹੀਂ ਹੈ ਮੇਰੀ। ਯਾਰ ਇਹਨੂੰ ਕਮੈਂਟ ਕਰੋ ਸਾਰੇ ਜਾਣੇ, ਦਿਲਸ਼ੀਨ ਕਦਰ ਸਿਮਰਨ ਇੱਕ ਤਾਂ ਗਾਈਜ਼,
मेरी मेरी जबान नु पता नहीं क्यों हो गया लड़खड़ाई जा रही है। मैं उन्हें की बोल रही थी नारियल पानी नु नालियल पानी नालियल पानी में होंगे राजदीप घर है ना ठीक है दस पहली हरी जा रही है। और मैं शीन पता तेनो मैं लास्ट पिछले साल नवंबर च गई सी स्टार्टिंग च उस तो बाद मैं जलंधर नहीं गई। पहला तो इदा होंदा सी पिछले साल तो होंदा सी हर महीने या एक दो महीने बाद मेरा गेड़ा लग ही जांदा सी लेकिन पिछले साल नवंबर तो बाद मैं अज सीधा जा रही हूँ मतलब पूरे 8-9 महीनों बाद एंड मैंने बड़ी खुशी हो रही है। कहते ना कि थोड़ा टाइम मतलब ज़्यादा टाइम पा के जाओ फिर कदर ज़्यादा होंगे नहीं होगी जिनी मेरी होगी क्यों क्योंकि मैं तो पहली बार जा रही हूँ ना लेकिन मैं भी तो 9 महीने बाद आ रही हूँ ना तो मेरी भी थोड़ी ज्यादा नहीं कदर होनी नहीं तो सिंगल तो टाइमिंग कर ली ना चूज या तो होता कि मैं पहले आई होंगी फिर तो 8-9 महीने तो गैप पा के जाते फिर तुम्हारी कदर होनी थी हूँ इन नहीं चल देख लें लगी शर्त मैनू मैनू पता आंटी ने इन्नी हरी क्या सिमरन तू आए आंदी नहीं आंदी नहीं आंदी ने देखी आंटी नू आंटी का दिल खुश हो जाना चलो देखते हैं हम कि कदर कर दी राजदीप कॉम्पिटिशन कॉम्पिटिशन चलो देखते हैं। और मतलब पहली बार ऐसा हो रहा है कि मैं जलंधर जा रही हूँ मैं इन्ना ते राजदीप की लड़ाई होती रहती है मेरे नाल ही होती है हाँ मेरी मेरी ये नाल ही होती है ये मैंने सिर्फ तंग कर दिया जो बोलते भी है ना मैंने मैं हस्बैंड हाँ इन्हें कोई फर्क नहीं पड़ता हाँ ये मतलब ये बेशरम टाइप का इंसान है ना इस करके मेरी ये लड़ाई नहीं हुंदी राजदीप नाल हुंदी और हुण भी देखो इस बारी मैं ना तुहानू सारा कुछ दिखाऊंगी कि ओह की करदी है मेरे नाल ठीक है। और जदों इस बारी ना मैं ओहदी रिकॉर्डिंग ना छुपके ना करनी है छुपके ना जदों मैं उच्ची बोलती है जदों उच्ची बोलदी है ना ओहदी वॉल्यूम दिखानी है तुहानू कित्थे हुंदी है चाहे वह मेरे छित्तर ही मार ले लेकिन मैं ओहदी पोल पट्टियां खोल के ही साह लूंगी गाइस। तो हुण मैं बहुत बोल बोल के थक गया मैं ड्राइव कर लां फीवर कोल्ड सिर दर्द बॉडी पेन सारा कुछ हो गया मेडिसिन दे स्ट्रीक भेजी सीगी तां मैनूं पुछिया की होया आ फिर उन्हें पूरा चिट्ठा लिख के मैनूं भेजता ते चलो एक बीमार नूं दूजा बीमार भी लग जा रहा है शीन वैसे असीं ठीक कर देंगे उन्हें जाके है ना जिवें ठीक हो गई असीं उहदी सेवा करांगे जिवें मैं उहदे कोल आके ठीक होगी ते उह असीं उहदे कोल जावांगे तां उह ठीक हो जाऊगी असीं उहदी सेवा करांगे सेवा ते बस हुण की कर सकदे हां हुण तां असीं रस्ते च जावांगे असीं मिलांगे उहनूं ठीक करांगे अपनी दोस्त नूं देख रहे हो कि अच्छे दोस्त असीं साडा दोस्त बीमार हुंदा असीं इन्नी दूर चल जांदे आ तो गाइस बस एक घंटे की ड्राइव रह गई है अद्धा रस्ता निकल गया अद्धा रह गया वी आर ऑन द वे आपां फटाफट जाने आ कुछ खाणा है तू ए भुखड़ है मन कर भी लैने तां देखदे हां जे इन्ने कुछ खाणा होया तां रस्ते च कुछ रुकांगे नहीं तां मेरा नारियल पानी पीण दा दिल कर रिहा अगर किते नारियल पानी मिलदा तां मैं नारियल पानी पीती हुणे मैं ग्लूकोज पीता इन्ने मैनूं ग्लूकोज बना के दित्ता सी थैंक यू शीन ਪਿੰਡਾਂ ਵੀ ਵੈਸੇ ਕੋਈ ਤਗੜਾ ਕੰਮ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਤੇ ਹੁਣ ਨਾਰੀਅਲ ਪਾਣੀ ਲੱਭਦੇ ਹਾਂ ਤੇ ਫਿਰ ਫਟਾਫਟ ਪਹੁੰਚਦੇ ਹਾਂ ਆਪਣੀ ਬਿਮਾਰ ਸਹੇਲੀ ਕੋਲ ਸਰਪ੍ਰਾਈਜ਼ ਦੇਣਾ ਸੀਗਾ ਯਾਰ ਉਹ ਬਾਂਦਰੀ 'ਚ ਬਣੀ ਹੋਊਗੀ ਉਹਨੇ ਫਿਰ ਕਹਿਣਾ ਕਿ ਮੈਨੂੰ ਵਲੌਗ 'ਚ ਨਾ ਲੈ ਆਏ ਹਾਏ ਕੋਈ ਨਾ ਆਪਾਂ ਲੈ ਲੈਣਾ ਹਵੇਲੀ ਆ ਗਈ ਹੈ ਹਵੇਲੀ ਆ ਚੁੱਕੀ ਆ ਸ਼ੀਸ਼ਾ ਬਹੁਤ ਗੰਦਾ ਆ ਸਾਈਡ ਤੋਂ ਦਿਖ ਜਾਏਗੀ ਜ਼ੂਮ ਕਰਦੇ ਹਾਂ ਦਿਖ ਗਈ चलो भाई वैसे बहुत कुछ चेंज हो गया पिछे मैगडी वगैरह भी बन गया एक मैगडी इत्थे आ हो रहा बहुत दूर है हले इधर की साइड ही सब इधर की साइड ही सीगा पहला मैगडी हुण इधर नु भी बन गया अगे नु जाके मैं दिखा नहीं पाई तू जाएंगी पहला मैं बनाऊंगी Go, go.
आंदे ही आपां आगे दवाई लैन हुण ऑलमोस्ट सारियां शॉप्स बंद हो गईयां सीगियां बट काफ़ी अगे आ के सानू एक शॉप मिली उत्थों राजदीप ने दवाई ली मैं भी अपने लिए ले ली क्योंकि मैनू फिर वॉमिटिंग वांगू हो ही जा रहा है तो मेरा ढिड भी दुख रहा है तो पता नहीं हुण गला भी दुख रहा है सो हुण दवाई खाऊंगी घर जाके हुण राजदीप ते दिलशीन फ्रूट्स लैन गई हैं तो मैं ज़्यादा रिकॉर्ड नहीं किया बिकॉज शी वॉज नॉट वैल तो मैनू इदा चंगा नहीं लग्या तो बट ओ खुश हो गई सी सानू देख के एंड हुणे मैं घर जाके तेरे नाल गल करती हाँ इत्थे मैं मार्केट च हाँ लोग मेरे मुँह वाल देख रहे हैं आ केड़ा फ्रूट है ड्रैगन फ्रूट ड्रैगन एप्पल बनाना ये खा के दवाई खा के मैं सो जाना बाय बाय गुड नाइट थैंक यू फॉर वॉचिंग माई ब्लॉग शीन की शक्ल दिखा रहे सब्सक्राइब करा दे जी तेरी गल मान लैन गए मेरी तो मानते नहीं अच्छा नहीं मानते ना फिर मैंने लिया करो ना ब्लॉग्स लास्ट टाइम हमेशा मेरी क्लिप आ दे आई जाके कट कर आई पाऊंगी चल फिर कह दे ना जो जो मैं कहना तू कह दे लाइक कर दो कमेंट कर दो शेयर कर दो इन्ना दे ब्लॉग नु किसी और दे ब्लॉग नु मतलब फिर कमाए थे कि और दे ब्लॉग नु लाइक कमेंट शेयर कर दे कौन आए रुपा हंसला पहले नु हंसला हंसला सब्सक्राइब भी कर दो को समय नहीं लग गया राजदीप की शक्ल हले मैं दिखा नहीं सकती जब मैं दिखाती हूँ मेरा सिर फाड़ दिया इतना स्लो करके फिर तो सुन लो मैं एक मिनट रोक के जा रोक के जा राजदीप राजदीप दा मैं जूड़ा दसना चाहनी किथे कीता उन्हें जितने ने सुनी की थी मैं खोली सो गाइस बाय बाय